ਡਾਕਟਰ ਵਰਿਆਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਦਾ ਦੂਸਰਾ ਅੰਗ ਹੈ ਦੋ ਵਿਰੋਧੀ ਜੁੱਟ ਭਾਈ ਮੇਵਾ ਸਿੰਘ ਵੱਲੋਂ ਹਾਪਕਿੰਸਨ ਦਾ ਕਤਲ ਕਰਕੇ ਸ਼ਹਾਦਤ ਨੂੰ ਵਰਨ ਦੇ ਕਾਰਨਾ ਦੀ ਨਿਸ਼ਾਨਦੇਹੀ ਕਰਨ ਲਈ ਉਸ ਪਿਛੋਕੜ ਉਤੇ ਸਰਸਰੀ ਝਾਤ ਮਾਰਨੀ ਲਾਜ਼ਮੀ ਹੈ ਜਿਸ ਨਾਲ ਮਰਨ ਜਾਂ ਮਾਰ ਦੇਣ ਵਾਲੇ ਇਸ ਮਾਹੌਲ ਦੀ ਉਸਾਰੀ ਹੋ ਗਈ ਇਸ ਮਾਹੌਲ ਨੂੰ ਸਮਝਣ ਲਈ ਉਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਦੋ ਵਿਰੋਧੀ ਜੁਟਾਂ ਦੀ ਸੋਚ, ਸਥਿਤੀ ਤੇ ਮਾਨਸਿਕਤਾ ਦਾ ਅਨੁਮਾਨ ਲਾਉਣਾ ਜ਼ਰੂਰੀ ਹੈ। ਇਹਨਾਂ ਵਿਰੋਧੀ ਜੁਟਾਂ 'ਚ ਇੱਕ ਜੁਟ ਸੀ ਪਹਿਲਾ ਕੈਨੇਡਾ ਦੀ ਨਸਲਵਾਦੀ ਸਰਕਾਰ, ਐਡਾ ਬਰਤਾਨੀਆ ਵਿੱਚਲੀ ਅੰਗਰੇਜ਼ ਸਰਕਾਰ ਤੇ ਭਾਰਤ ਵਿੱਚਲੀ ਬਰਤਾਨਵੀ ਸਰਕਾਰ। ਇਹ ਬਹੁਤ ਹੀ ਵੱਡਾ ਤੇ ਵਿਆਪਕ ਸਮਰੱਥਾ ਵਾਲਾ ਸ਼ਕਤੀਸ਼ਾਲੀ ਜੁੱਟ ਸੀ। ਦੂਜਾ ਜੁਟ ਸੀ ਕੈਨੇਡਾ 'ਚ ਵਸਦੇ ਸਾਊਥ ਏਸ਼ੀਅਨ ਭਾਈਚਾਰੇ ਦਾ ਜਿਸ ਵਿੱਚ ਬਹੁਤਾਤ ਭਾਵੇਂ ਪੰਜਾਬੀਆਂ ਤੇ ਸਿੱਖਾਂ ਦੀ ਸੀ ਪਰ ਇਸ ਵਿੱਚ ਹਿੰਦੂ ਮੁਸਲਮਾਨਾਂ ਦੀ ਸ਼ਮੂਲੀਅਤ ਵੀ ਸੀ ਪਹਿਲਾ ਜੁਟ ਸਾਊਥ ਏਸ਼ੀਅਨ ਭਾਈਚਾਰੇ ਦੀ ਕੈਨੇਡਾ ਚਾਮਦ ਨੂੰ ਨਾ ਪਸੰਦ ਕਰਦਾ ਸੀ ਤੇ ਉਹਨਾਂ ਨੂੰ ਕੈਨੇਡਾ 'ਚ ਦਾਖਲ ਹੋਣੋਂ ਰੋਕਣ ਲਈ ਤੇ ਦਾਖਲ ਹੋ ਚੁੱਕਿਆਂ ਨੂੰ ਕੈਨੇਡਾ ਤੋਂ ਬਾਹਰ ਕੱਢਣ ਲਈ ਹਰ ਸੰਭਵ ਹੀ ਨਹੀਂ ਸਗੋਂ ਹਰ ਘਣਾਉਣਾ ਕਾਰਾ ਕਰਨ ਲਈ ਵਚਨਬੱਧ ਤੇ ਤਤਪਰ ਸੀ ਦੂਜਾ ਝੁੱਟ ਵਰਤਨਵੀ ਪਰਜਾ ਹੋਣ ਤੇ ਫੌਜੀ ਸੇਵਾ ਰਹੀਂ ਅੰਗਰੇਜ਼ੀ ਸਲਤਨਤ ਲਈ ਮਾਰੀਆਂ ਮੱਲਾਂ ਦੇ ਮਾਣ ਸਦਕਾ ਕੈਨੇਡਾ ਚੋਣਾ ਵਸਣਾ ਤੇ ਕੈਨੇਡੀਅਨ ਸ਼ਹਿਰੀਆਂ ਦੇ ਬਰਾਬਰ ਸ਼ਹਿਰੀ ਵਜੋਂ ਤਸਲੀਮ ਕੀਤੇ ਜਾਣਾ ਤੇ ਸਵੈ ਮਾਣ ਨਾਲ ਜਿਉਣਾ ਆਪਣਾ ਹੱਕ ਸਮਝਦਾ ਸੀ ਪਰ ਬਰਤਾਨੀਆ ਤੇ ਭਾਰਤ ਵਿਚਲੀ ਬਰਤਾਨਵੀ ਸਰਕਾਰ ਦੀ ਸ਼ਹਿ ਤੇ ਸਾਥ ਨਾਲ ਆਪਣੇ ਨਸਲਵਾਦੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਕੈਨੇਡੀਅਨ ਸਰਕਾਰ ਪੱਬਾਂ ਪਾਰ ਹੋਈ ਪਈ ਸੀ ਤੇ ਸਾਊਥ ਏਸ਼ੀਅਨ ਭਾਈਚਾਰੇ ਦੀ ਦੂਜੀ ਧਿਰ ਦੀ ਕਿਸੇ ਵੀ ਇੱਛਾ ਦੀ ਪੂਰਤੀ ਕਰਨਾ ਉਹਦੇ ਏਜੰਡੇ ਉੱਤੇ ਨਹੀਂ ਸੀ ਭਾਰਤੀ ਭਾਈਚਾਰੇ ਵਿੱਚ ਅਗੋਂ ਤਿੰਨ ਧੜੇ ਸਨ ਇੱਕ ਧੜਾ ਅਜਿਹਾ ਸੀ ਜਿਹੜਾ ਸਰਕਾਰ ਨਾਲ ਕਿਸੇ ਲੜਾਈ ਝਗੜੇ ਚ ਪੈਣ ਜਾਂ ਕਿਸੇ ਕਿਸਮ ਦੇ ਤਿੱਖੇ ਵਿਰੋਧ ਦਾ ਹਾਮੀ ਨਹੀਂ ਸੀ ਉਨ੍ਹਾਂ ਦੀ رائے ਸੀ ਕਿ ਬੇਸ਼ੱਕ ਭਾਰਤੀ ਭਾਈਚਾਰੇ ਨਾਲ ਬੇਇਨਸਾਫੀ ਹੋ ਰਹੀ ਹੈ ਪਰ ਇਸ ਬੇਇਨਸਾਫੀ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕਰਨਾ ਚਾਹੀਦਾ ਹੈ ਉਹ ਸਰਕਾਰ ਨੂੰ ਅਰਜ਼ੀਆਂ ਪਰਚੀਆਂ ਲਿਖ ਕੇ ਜਾਂ ਡੈਪੂਟੇਸ਼ਨ ਭੇਜ ਕੇ ਆਪਣਾ ਨੁਕਤਾ ਨਜ਼ਰ ਪੇਸ਼ ਕਰਨ ਤੇ ਮਨਵਾਉਣ 'ਚ ਵਿਸ਼ਵਾਸ ਰੱਖਦੇ ਸਨ ਇਨ੍ਹਾਂ ਆਗੂਆਂ 'ਚ ਪ੍ਰਿੰਸੀਪਲ ਤੇਜਾ ਸਿੰਘ ਡਾਕਟਰ ਸੁੰਦਰ ਸਿੰਘ ਕਰਤਾਰ ਸਿੰਘ ਹੁੰਦਲ ਬਾਉ ਕਪੂਰ ਸਿੰਘ ਖੜੌਦੀ ਆਦਿ ਸ਼ਾਮਲ ਸਨ ਉਹ ਆਪਣੇ ਭਾਈਚਾਰੇ ਦੀਆਂ ਤਕਲੀਫਾਂ ਦੂਰ ਕਰਨ ਲਈ ਸੁਹਿਰਦ ਭਾਵ ਨਾਲ ਕੰਮ ਕਰਨ ਵਾਲੇ ਲੋਕ ਸਨ ਪਰਦੇਸ਼ ਨੂੰ ਆਜ਼ਾਦ ਕਰਾਉਂਦੀਆਂ ਇਨਕਲਾਬੀ ਸਰਗਰਮੀਆਂ ਨਾਲੋਂ ਆਪਣੀ ਵਿਤ ਥਾਪ ਕੇ ਤੁਰਦੇ ਸਨ ਦੂਜਾ ਤੜਾਏ ਨਾ ਇਨਕਲਾਬੀਆਂ ਦਾ ਸੀ ਜਿਨ੍ਹਾਂ ਨੇ ਆਪਣੇ ਤਜਰਬੇ ਤੋਂ ਜਾਣ ਲਿਆ ਸੀ ਕਿ ਕੈਨੇਡਾ 'ਚ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਕਾਰਨ ਉਹਨਾਂ ਦਾ ਗੁਲਾਮ ਕਾਮ ਨਾਲ ਸੰਬੰਧਿਤ ਹੋਣਾ ਹੈ ਤੇ ਉਹਨਾਂ ਦਾ ਕਲਿਆਣ ਉਹਨਾਂ ਚਿਰ ਸੰਭਵ ਨਹੀਂ ਜਿੰਨਾ ਚਿਰ ਉਹਨਾਂ ਦਾ ਦੇਸ਼ ਆਜ਼ਾਦ ਨਹੀਂ ਹੋ ਜਾਂਦਾ ਇਸ ਲਈ ਉਹਨਾਂ ਦੀਆਂ ਸਰਗਰਮੀਆਂ ਇਸੇ ਦਿਸ਼ਾ ਵੱਲ ਸਿੱਧਤ ਸਨ ਉਹ ਕੈਨੇਡਾ ਵਾਸਤੇ ਭਾਰਤ ਵਾਸੀਆਂ ਨੂੰ ਉਹਨਾਂ ਦੇ ਹਾਲਾਤ ਤੋਂ ਚੇਤਨ ਕਰਵਾ ਕੇ ਆਜ਼ਾਦੀ ਦੀ ਲੜਾਈ ਲਈ ਤਿਆਰ ਕਰ ਰਹੇ ਸਨ ਇਹਨਾਂ ਵਿੱਚ ਖਾਲਸਾ ਦਿਵਾਨ ਸੁਸਾਇਟੀ ਤੇ ਯੂनाइटेड ਇੰਡੀਆ ਲੀਗ ਦੇ ਆਗੂ ਭਾਈ ਭਗ ਸਿੰਘ ਭਾਈ ਬਲਵੰਤ ਸਿੰਘ ਖੁਰਦਪੁਰ ਹਰਨਾਮ ਸਿੰਘ ਸਾਹਰੀ ਤੇ हसन ਰਹੀਮਾ ਦੇ ਨਾਂ ਗਿਣਾਈ ਜਾ ਸਕਦੇ ਹਨ ਤੀਜਾ ਧੜਾ ਸੀ ਉਹਨਾਂ ਭਾਰਤੀਆਂ ਦਾ ਜੋ ਪਹਿਲੀਆਂ ਦੋਹਾਂ ਧਿਰਾਂ ਦੇ ਵਿਰੋਧੀ ਸਨ ਤੇ ਸਰਕਾਰ ਨਾਲ ਮਿਲਵਰਤਨ ਕਰਕੇ ਉਹ ਤੋਂ ਰਾਇਇਤਾਂ ਤੇ ਲਾਹਾ ਲੈਣ 'ਚ ਯਕੀਨ ਰੱਖਦੇ ਸਨ ਉਹਨਾਂ ਲਈ ਆਪਣਾ ਹਿੱਤ ਪਹਿਲਾਂ ਸੀ ਦੇਸ਼ ਜਾਂ ਦੇਸ਼ਵਾਸੀ ਜਾਂ ਟੱਠੇ ਖੂਚ ਇਹਨਾਂ ਵਿੱਚੋਂ ਕਈ ਸਰਕਾਰ ਦੇ ਸੂਝੇ ਦੇ ਤੌਰ ਤੇ ਕੰਮ ਕਰਦੇ ਸਨ ਭਾਰਤੀ ਭਾਈਚਾਰੇ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲੇ ਨਰਮ ਦਲੀਏ ਤੇ ਗਰਮ ਦਲੀਏ ਪਹਿਲੇ ਦੋਹਾਂ ਧੜਿਆਂ ਦੀਆਂ ਗਤੀਵਿਧੀਆਂ ਦਾ ਧਿਆਨ ਰੱਖਣਾ ਸੂਚ ਕੱਢਣੀ ਸਰਕਾਰੀ ਏਜੰਸੀਆਂ ਨੂੰ ਇਹਨਾਂ ਗਤੀਵਿਧੀਆਂ ਦੀ ਸੂਚਨਾ ਦੇਣਾ ਉਹਨਾਂ ਦੇ ਏਜੰਡੇ ਉੱਤੇ ਸੀ ਇਨਕਲਾਬੀ ਧੜੇ ਨਾਲ ਇਹਨਾਂ ਦਾ ਵਿਰੋਧ ਬਹੁਤ ਤਿੱਖਾ ਸੀ ਜਦੋਂ 19 ਸਤੰਬਰ 1912 ਨੂੰ ਬਰਤਾਨੀਆਂ ਦੇ ਬਾਦਸ਼ਾਹ ਜਾਰਜ 5ਵੇਂ ਦੀ ਤਾਜਪੋਸ਼ੀ ਦਾ ਜਸ਼ਨ ਮਨਾਉਣ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਸਨ ਤਾਂ ਵੈਂਕੂਵਰ ਦੇ ਮੇਅਰ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਆਪਣੇ ਸਾਬਕਾ ਫੌਜੀ ਸਾਥੀਆਂ ਨੂੰ ਨਾਲ ਲੈ ਕੇ ਫੌਜੀ ਪਰੇਡ ਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਤਾਂ ਭਾਈ ਭਾਗ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਸ ਪਰੇਡ ਚ ਸ਼ਾਮਲ ਹੋਣੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਆਪਣੇ ਜਵਾਬੀ ਪੱਤਰ ਵਿੱਚ ਸੰਕੇਤਕ ਤੌਰ ਤੇ ਆਪਣੇ ਭਾਈਚਾਰੇ ਨਾਲ ਹੁੰਦੇ ਆਣ ਨੂੰ ਇਸ ਗੈਰ ਹਾਜ਼ਰੀ ਦਾ ਕਾਰਨ ਦੱਸਿਆ। ਉਹਨਾਂ ਲਿਖਿਆ ਕਿ ਉਹ ਇਸ ਜਸ਼ਨ 'ਚ ਬਹੁਤ ਸਾਰੇ ਉਹਨਾਂ ਕਾਰਨਾ ਕਰਕੇ ਸ਼ਾਮਲ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਸ਼ਹਿਰ ਦੇ ਸਰਕਾਰੀ ਅਫਸਰ ਤੇ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਜਾਣਦੇ ਹਨ। ਇਸ ਤੋਂ ਕੁਝ ਦਿਨਾਂ ਬਾਅਦ ਇਹਨਾਂ ਸਭ ਨਾ ਇਨਕਲਾਬੀਆਂ ਨੇ ਆਪਣੀ ਆਪਣੀਆਂ ਫੌਜੀ ਵਰਦੀਆਂ ਤੇ ਤਗਮਿਆਂ ਨੂੰ ਗੁਲਾਮੀ ਦੀ ਨਿਸ਼ਾਨੀ ਸਮਝਦਿਆਂ ਇਹਨਾਂ ਦੀ ਹोली बाल ਕੇ ਆਜ਼ਾਦੀ ਲਈ ਖੁੱਲ ਕੇ ਲੜਨ ਦਾ ਐਲਾਨ ਕਰ ਦਿੱਤਾ ਪਰ ਸਰਕਾਰੀ ਧੜੇ ਵਾਲੇ ਭਾਰਤੀ ਫੌਜੀਆਂ ਨੇ ਵਰਦੀਆਂ ਤਾਂ ਕੀ ਸਾੜੀਆਂ ਸੀ ਸਗੋਂ ਵਰਦੀਆਂ ਪਹਿਨ ਕੇ ਤੇ ਤਗਮੇ ਸਜਾ ਕੇ ਜਾਰਜ ਪੰਜਮ ਦੇ ਸਵਾਗਤੀ ਜਸ਼ਨ ਲਈ ਹੋਈ ਪਰੇਟ ਵਿੱਚ ਸ਼ਾਮਲ ਹੋਏ ਉਦੋਂ ਸਗੋ ਜਾਣਬੁੱਝ ਕੇ ਖਾਲਸਾ ਦਿਵਾਨ ਸੁਸਾਇਟੀ ਦੇ ਆਗੂਆਂ ਨੂੰ ਖਿਜਾਉਣ ਤੇ ਚੜਾਉਣ ਲਈ ਵਰਦਿਆਂ ਸਮੇਤ ਗੁਰਦੁਆਰੇ 'ਚ ਜਾਂਦੇ ਤੇ ਮੋਢਿਆਂ ਤੋਂ ਥੁੱਕਣ ਵਾਲੇ ਅੰਦਾਜ਼ ਚਾੱਕੜ ਕੇ ਚੱਲਦੇ ਇਸ ਧੜੇ ਵਿੱਚ ਧੜੇ ਦਾ ਆਗੂ ਬੇਲਾ ਸਿੰਘ ਤੇ ਉਹਦੇ ਸਾਥੀ ਸ਼ਾਮਲ ਸਨ ਕੈਨੇਡਾ ਨੂੰ ਸ਼ੁਰੂ ਤੋਂ ਹੀ ਗੋਰਿਆਂ ਦਾ ਦੇਸ਼ ਵਾਈਟ ਮੈਨਸ ਚੰਟਰੇ ਬਣਾਈ ਰੱਖਣ ਦੀ ਨੀਤੀ ਨਾਲ ਨਸਲੀ ਵਿਤਕਰੇ ਦੀ ਨੀਂ ਰੱਖ ਦਿੱਤੀ ਗਈ ਸੀ ਕੈਨੇਡਾ ਨੂੰ ਗੋਰੇ ਲੋਕਾਂ ਦਾ ਦੇਸ਼ ਬਣਾਈ ਰੱਖਣ ਦੀ ਸਰਕਾਰ ਦੀ ਇੱਛਾ ਕੈਨੇਡਾ ਦੀ ਇਮੀਗ੍ਰੇਸ਼ਨ ਸਬੰਧੀ ਨੀਤੀ ਦਾ ਸਿਧਾਂਤਿਕ ਆਧਾਰ ਬਣ ਗਈ ਹੋਈ ਸੀ ਕੈਨੇਡਾ ਦੀ ਨਵੀਂ ਉਸਾਰੀ 'ਚ ਹੱਥ ਵਟਾਉਣ ਲਈ ਸਭ ਤੋਂ ਪਹਿਲਾਂ ਬਰਤਾਨੀਆਂ ਉੱਤਰੀ ਤੇ ਪੱਛਮੀ ਯੂਰਪ ਦੇ ਵਸਨੀਕਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਸ਼ਰਤਾਂ ਤੋਂ ਰਹਿਤ ਕੈਨੇਡਾ ਚਾਣ ਲਈ ਖੁੱਲੇ ਦਾਖਲੇ ਦਾ ਸੱਦਾ ਦਿੱਤਾ ਗਿਆ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਕੈਨੇਡਾ 'ਚ ਸਥਾਪਿਤ ਹੋਣ ਲਈ ਜ਼ਮੀਨ ਦੇਣ ਦਾ ਲਾਲਚ ਵੀ ਦਿੱਤਾ ਇੰਜ 20ਵੀਂ ਸਦੀ ਦੇ ਮੁੱਢ 'ਚ ਕੈਨੇਡਾ 'ਚ ਆਵਾਸੀਆਂ ਦੀ ਗਿਣਤੀ ਨਾਟਕੀ ਢੰਗ ਨਾਲ ਵਧ ਗਈ ਅਮਰੀਕਾ ਤੇ ਯੂਰਪ ਤੋਂ 1908 ਤੋਂ ਲੈ ਕੇ 1914 ਤੱਕ 20 ਹਜ਼ਾਰ ਆਵਾਸੀ ਹਰ ਸਾਲ ਕੈਨੇਡਾ 'ਚ ਦਾਖਲ ਹੋ ਰਹੇ ਸਨ ਜਦੋਂ ਕੈਨੇਡਾ ਚ ਆਉਣ ਵਾਲੇ ਨਾਵਾਸੀ ਸਰੋਤਾਂ ਦਾ ਸੋਮਾ ਹੌਲੀ-ਹੌਲੀ ਸੁੱਕਣ ਲੱਗਾ ਤਾਂ ਕੈਨੇਡਾ ਨੇ ਪੂਰਬੀ ਤੇ ਦੱਖਣੀ ਯੂਰਪੀਨਾਂ ਲਈ ਕੈਨੇਡਾ ਦਾ ਦਾਖਲਾ ਖੋਲ ਦਿੱਤਾ ਉਸ ਤੋਂ ਬਾਅਦ ਦੂਜੀਆਂ ਨਸਲਾਂ ਤੇ ਜਾਤੀਆਂ ਦੇ ਲੋਕਾਂ ਨੂੰ ਕੈਨੇਡਾ 'ਚ ਵੜਨ ਦੇਣਾ ਸਰਕਾਰ ਦੀ ਲੋੜ ਤੇ ਮਜਬੂਰੀ ਸੀ ਇਸ ਮਜਬੂਰੀ ਦਾ ਅਕਸ 31 ਅਪ੍ਰੈਲ 1883 ਨੂੰ ਕੈਨੇਡਾ ਦੇ ਹਾਊਸ ਆਫ ਕਾਮਨਸ ਵਿੱਚ ਚੀਨੀਆਂ ਦੇ ਕੈਨੇਡਾ 'ਚ ਦਾਖਲੇ ਨੂੰ ਲੈ ਕੇ ਹੋਈ ਬਹਿਸ ਵੇਖਿਆ ਜਾ ਸਕਦਾ ਹੈ ਚਰਚਾ 'ਚ ਇਹ ਮੁੱਦਾ ਉਭਾਰਿਆ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਰੋਕਣ ਨਾਲੋਂ ਬਿਹਤਰ ਹੈ ਹਾਲ ਦੀ ਘੜੀ ਚੀਨੀ ਮਜ਼ਦੂਰਾਂ ਨੂੰ ਆਉਣ ਦਿੱਤਾ ਜਾਵੇ ਤੇ ਜਦੋਂ ਵੀ ਕੈਨੇਡੀਅਨ ਹਕੂਮਤ ਚਾਹੇ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਨੂੰ ਨਾ ਕਹਿ ਕੇ ਕੈਨੇਡਾ ਦੇ ਦਰਵਾਜ਼ੇ ਬੰਦ ਕੀਤੇ ਜਾ ਸਕਦੇ ਹਨ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਤਾਂ ਏਸ਼ੀਅਨ ਲੋਕਾਂ ਦੀ ਆਵਾਜ਼ ਦਾ ਮੁੱਦਾ ਭਖ ਦਾ ਮਸਲਾ ਬਣ ਚੁੱਕਾ ਸੀ ਇਸ ਮੁੱਦੇ ਤੇ ਪਾਰਟੀਆਂ ਵਿਚਲੇ ਆਪਸੀ ਵਿਚਾਰ ਧਾਰਕ ਵਿਤਕਰੇ ਭੁੱਲ ਕੇ ਸਭ ਰਾਜਨੀਤੀਵਾਨ ਇੱਕ ਮਤ ਸਨ ਇਨਾਂ ਦੀ ਸੋਚ ਪਿੱਛੇ ਆਮ ਗੋਰੇ ਲੋਕਾਂ ਦਾ ਦਬਾਅ ਵੀ ਕਾਰਜਸ਼ੀਲ ਸੀ ਵੈਨਕੂਵਰ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਆਰਜੀ ਮੈਕਫਰਸਨ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਭਰਵੇਂ ਦਬਾਅ ਕਾਰਨ ਪ੍ਰਧਾਨ ਮੰਤਰੀ ਵਿਲਫਰਡ ਲਾਰੀਅਰ ਕੋਲ ਭਾਰਤੀਆਂ ਦੀ ਆਮਦ ਦੇ ਖਿਲਾਫ ਜ਼ੋਰਦਾਰ ਪੈਂਤੜਾ ਲੈਣਾ ਪਿਆ ਉਨੇ 21 ਸਤੰਬਰ 1906 ਨੂੰ ਹਿੰਦਿਆਵਾਂ ਬਾਰੇ ਲਿਖਦਿਆਂ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਕਿ ਤੁਸੀਂ ਤੇ ਧਰਤੀ ਤੇ ਕੋਈ ਵੀ ਹੋਰ ਚੀਜ਼ ਇਹਨਾਂ ਤੇ ਇਹਨਾਂ ਦੇ ਵਾਰਸਾਂ ਨੂੰ ਚੰਗੇ ਕੈਨੇਡੀਅਨ ਸ਼ਹਿਰੀ ਨਹੀਂ ਬਣਾ ਸਕਦੇ ਕਿਉਂਕਿ ਇਹਨਾਂ ਦਾ ਵਿਹਾਰ ਤੇ ਵਿਚਾਰ ਕਦੀ ਵੀ ਸਾਡੇ ਵਾਂਗ ਨਹੀਂ ਹੋ ਸਕਦੇ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਹਿੰਦਿਆਵਾਂ ਆਵਾਸੀਆਂ ਲਈ ਕੈਨੇਡੀਅਨ ਸ਼ਹਿਰੀਆਂ ਤੇ ਰਾਜਨੀਤੀਵਾਨਾਂ ਦੇ ਮਨਾਂ 'ਚ ਕਿੰਨੀ ਕਦੂਰਤ ਤੇ ਨਫ਼ਰਤ ਦੇ ਭਾਵ ਸਨ ਏਸ਼ੀਅਨ ਲੋਕਾਂ ਲਈ ਕੈਨੇਡਾ ਦੇ ਦਰਵਾਜ਼ੇ ਖੋਲਣਾ ਕੈਨੇਡਾ ਸਰਕਾਰ ਦੀ ਅਣਸਰਦੀ ਲੋੜ ਸੀ ਨਵੇਂ ਕੈਨੇਡਾ ਦੀ ਉਸਾਰੀ ਹੋ ਰਹੀ ਸੀ ਨਵੀਆਂ ਰੇਲ ਪਟੜੀਆਂ ਉਸਾਰੀਆਂ ਜਾ ਰਹੀਆਂ ਸਨ ਜੰਗਲ ਕੱਟੇ ਜਾ ਰਹੇ ਸਨ ਕਈ ਕੰਪਨੀਆਂ ਤੇ ਮਿਲ ਮਾਲਕਾਂ ਨੂੰ ਅਜਿਹੀ ਭਾਰੇ ਕੰਮ ਕਰਨ ਲਈ ਸਸਤੇ ਮਜ਼ਦੂਰਾਂ ਦੀ ਲੋੜ ਸੀ ਦੂਜੇ ਪਾਸੇ ਹੋਰ ਮੁਲਕਾਂ ਦੇ ਲੋਕਾਂ ਨੂੰ ਵੀ ਕੈਨੇਡਾ 'ਚ ਕੰਮ ਮਿਲਣ ਤੇ ਆਪਣੇ ਮੁਲਕ ਨਾਲੋਂ ਕਈ ਗੁਣਾ ਵੱਧ ਮਜ਼ਦੂਰੀ ਮਿਲਣ ਦਾ ਲਾਲਚ ਕੈਨੇਡਾ ਆਉਣ ਲਈ ਖਿੱਚਾਂ ਪਾ ਰਿਹਾ ਸੀ। ਕੰਮ ਕਰਵਾਉਣ ਵਾਲਿਆਂ ਨੂੰ ਕਾਮੇ ਚਾਹੀਦੇ ਸੀ ਜਦ ਕਿ ਸਿਆਸਤਦਾਨ, ਪ੍ਰੈਸ, ਵਪਾਰੀ, ਲੇਬਰ ਕੌਂਸਲ ਤੇ ਗੋਰੇ ਮਜ਼ਦੂਰ ਬਾਹਰਲੇ ਕਾਮਿਆਂ ਦੇ ਦਾਖਲੇ ਦੇ ਵਿਰੋਧ ਵਿੱਚ ਡੱਟੇ ਹੋਏ ਸਨ। ਉਹਨਾਂ ਨੇ ਐਂਟੀ ਏਸ਼ੀਆਟਿਕ ਲੀਗ ਦੀ ਸਥਾਪਨਾ ਕਰਕੇ ਏਸ਼ੀਅਨ ਕਾਮਿਆਂ ਨੂੰ ਕੈਨੇਡਾ 'ਚ ਵੜਨ ਨੂੰ ਰੋਕਣ ਤੇ ਕੈਨੇਡਾ ਆ ਚੁੱਕਿਆਂ ਨੂੰ ਵਾਪਸ ਮੋੜਨ ਦੀ ਸਰਗਰਮ ਮੁਹਿੰਮ ਅਰੰਭੀ ਹੋਈ ਸੀ ਪਰ ਉਹਨਾਂ ਦਾ ਮੁੱਖ ਨਿਸ਼ਾਨਾ ਹਿੰਦਵਾਸੀ ਸਨ ਦੋਵਾਂ ਸਰਕਾਰਾਂ ਦੇ ਆਪਸੀ ਸੌਵਾਂ ਵਾਲੇ ਸਮਝੌਤੇ ਕਾਰਨ ਜਾਪਾਨੀ ਤਾਂ ਹਰ ਸਾਲ 400 ਦੀ ਗਿਣਤੀ 'ਚ ਕੈਨੇਡਾ ਆ ਸਕਦੇ ਸਨ ਤੇ ਚੀਨ ਵਾਸੀ ਨਿਯਤ 500 ਡਾਲਰ ਹੈਡ ਟੈਕਸ ਦੇ ਕੇ ਜਿੰਨੀ ਗਿਣਤੀ 'ਚ ਚਾਹਣਾ ਸਕਦੇ ਸਨ ਹਿੰਦਿਆਂ ਪ੍ਰਤੀ ਖਿਲਾਫਤ ਦਾ ਕਾਰਨ ਇਹ ਸੀ ਕਿ ਕੈਨੇਡਾ ਚਾਉਣ ਨਾਲ ਹਿੰਦਵਾਸੀ ਰਾਜਨੀਤਿਕ ਤੌਰ ਤੇ ਚੇਤਨ ਹੋ ਕੇ ਜਾਤਾਂ ਧਰਮਾਂ ਦੇ ਵਿਰੋਧ ਭੁੱਲ ਕੇ ਤੇ ਜਥੇਬੰਦ ਹੋ ਕੇ ਅੰਗਰੇਜ਼ੀ ਰਾਜ ਦਾ ਤਖਤਾ ਉਲਟਾਉਣ ਲਈ ਕਾਰਜਸ਼ੀਲ ਹੋ ਸਕਦੇ ਹਨ ਅਮਰੀਕਾ ਕੈਨੇਡਾ ਚ ਹਿੰਦਿਆ ਦੇ ਆਉਣ ਦੀ ਸ਼ੁਰੂਆਤ 20ਵੀਂ ਸਦੀ ਦੇ ਮੁੱਢਲੇ ਸਾਲਾਂ ਚ ਹੋਈ 1903-4 ਤੋਂ ਲੈ ਕੇ 1910 ਤੱਕ ਪ੍ਰਵਾਸ ਦਾ ਇਹ ਰੁਝਾਨ ਲਗਾਤਾਰ ਜਾਰੀ ਰਿਹਾ ਇੱਕ ਅਨੁਮਾਨ ਅਨੁਸਾਰ ਇਹਨਾਂ ਸਾਲਾਂ ਚ 10000 ਦੇ ਕਰੀਬ ਹਿੰਦੀ ਇਹਨਾਂ ਮੁਲਕਾਂ ਚ ਪਹੁੰਚ ਚੁੱਕੇ ਸਨ ਇਹਨਾਂ ਵਿੱਚੋਂ 90% ਸਿੱਖ ਸਨ ਉਹਨਾਂ ਚੋਂ 84% ਸੇਵਾਮੁਕਤ ਹੋ ਚੁੱਕੇ ਫੌਜੀ ਸਨ। ਇੱਕ ਭਾਰਤੀ ਕਾਮਾ ਉਸ ਵੇਲੇ ਔਸਤਨ ਇੱਥੇ 10 ਰੁਪਏ ਦਿਹਾੜੀ ਦੀ ਕਮਾ ਸਕਦਾ ਸੀ। ਹਿੰਦੀ ਲੋਕ ਆਮ ਤੌਰ ਤੇ ਮਿਹਨਤੀ ਕਾਮੇ ਸਨ ਤੇ ਫੌਜ ਦੇ ਵਾਹੀ ਦੇ ਜਾਨ ਮਾਰੂ ਕਿਤੇ ਨਾਲ ਜੁੜੇ ਰਹੀ ਹੋਣ ਕਰਕੇ ਸਰੀਰਕ ਤੌਰ ਤੇ ਵੀ ਮਜ਼ਬੂਤ ਸਨ। ਉਹਦੇ ਰੇ ਜ਼ੋਰ ਨਾਲ ਵੱਧ ਕੰਮ ਤੇ ਕਮਾਈ ਕਰਨ ਦੇ ਸਮਰੱਥ ਸਨ। ਛੇਤੀ ਉਹਨਾਂ ਚੋਂ ਕਈਆਂ ਨੇ ਚੰਗੀਆਂ ਜ਼ਮੀਨਾਂ ਤੇ ਜਾਇਦਾਦਾਂ ਬਣਾ ਲਈਆਂ। ਇੱਕ ਅਨੁਮਾਨ ਅਨੁਸਾਰ ਉਹਨਾਂ ਨੇ 1908 ਤੱਕ 2 ਕਰੋੜ 15 ਲੱਖ ਰੁਪਏ ਦੇ ਬਰਾਬਰ ਦੀ ਜਾਇਦਾਦ ਬਣਾ ਲਈ ਸੀ। ਉਹਨਾਂ ਦੀ ਇਹ ਖੁਸ਼ਹਾਲੀ ਯੂਰਪੀਅਨ ਮੁਲਕਾਂ ਤੋਂ ਆਏ ਗੋਰੇ ਕਾਮਿਆਂ ਦੀ ਅੱਖ ਦਾ ਕੱਸੀਰ ਬਣ ਗਈ। ਉਹਨਾਂ ਨੂੰ ਕਾਲੇ ਕੁਲੀਆਂ ਦੀ ਬੇਤਰਾਰਥ ਖਲਤ ਸਤਾਉਣ ਲੱਗੀ। ਪ੍ਰਤੀ ਦਿਨ ਇਕੱਠੇ ਕੰਮ ਕਰਨ ਨਾਲ ਹਿੰਦੀ ਕਾਮਿਆਂ ਦੇ ਮਨਾਂ ਵਿੱਚੋਂ ਗੋਰੇ ਲੋਕਾਂ ਦੀ ਤथाकथित ਸ੍ਰੇਸ਼ਟਾ ਦਾ ਪਰੰਪਰ ਵੀ ਨਿਵਰਤ ਹੋਣਾ ਸ਼ੁਰੂ ਹੋ ਗਿਆ। ਦੇਸ਼ ਵਿੱਚ ਭਾਰਤੀਆਂ ਨੂੰ ਸਦਾ ਲੱਗਦਾ ਸੀ ਕਿ ਗੋਰੇ ਲੋਕ ਅਸਾਧਾਰਨ ਸਮਰੱਥਾ ਦੇ ਸੌਮੀ ਹੋਣ ਕਰਕੇ ਉਹਨਾਂ ਤੇ ਰਾਜ ਕਰ ਰਹੇ ਹਨ ਪਰ ਹੁਣ ਉਹਨਾਂ ਨਾਲ ਕੰਮ ਕਰਦੇ ਆ ਉਹਨਾਂ ਦਾ ਇਹ ਵਹਿਮ ਮਨਾਂ ਚੋਂ ਚੁੱਕਿਆ ਗਿਆ ਉਹਨਾਂ ਨੂੰ ਗੋਰੇ ਲੋਕ ਕੰਮ ਕਰਨ ਦੀ ਸਮਰੱਥਾ ਤਕੜਾਈ ਤੇ ਸਿਆਣਪ ਪੱਖੋਂ ਵੀ ਆਪਣੇ ਨਾਲੋਂ ਬਿਹਤਰ ਨਹੀਂ ਸਨ ਜਾਪਦੇ ਦੂਜੇ ਪਾਸੇ ਗੋਰਿਆਂ ਨੂੰ ਆਪਣੇ ਗੁਲਾਮਾਂ ਦੀ ਮਾਨਵੀ ਬਰਾਬਰੀ ਵੀ ਫੁੱਟੀ ਅੱਖ ਨਹੀਂ ਸੀ ਪਾਉਂਦੀ ਉਹਨਾਂ ਦੇ ਮਨਾਂ ਵਿੱਚ ਨਸਲੀ ਨਫ਼ਰਤ ਤੇ ਭੰਬੜ ਹੋਰ ਵੀ ਤੇਜ਼ੀ ਨਾਲ ਭੜਕਣ ਲੱਗੇ ਫਲਸਰੂਪ ਆਮ ਗੋਰੇ ਸ਼ਹਿਰੀਆਂ ਦੇ ਨਾਲ ਗੋਰੇ ਰਾਜਨੀਤੀਵਾਨਾਂ ਨੇ ਵੀ ਹਿੰਦਿਆ ਦੀ ਕੈਨੇਡਾ ਚ ਆਮਦ ਨੂੰ ਰੋਕਣ ਲਈ ਮਨਸੂਬੇ ਆਰੰਭ ਦਿੱਤੇ ਹਿੰਦਿਆ ਦੇ ਖਿਲਾਫ ਜ਼ਹਿਰੀਲਾ ਪ੍ਰਚਾਰ ਕੀਤਾ ਜਾਣ ਲੱਗਾ ਵੈਨਕੂਵਰ ਤੋਂ ਮੈਂਬਰ ਪਾਰਲੀਮੈਂਟ ਐਚ ਸਟੀਵਨਸ ਅੰਤਾ ਇਸ ਪ੍ਰਚਾਰ ਦਾ ਮੋਰੀ ਹੋ ਨਿਭੜਿਆ ਇੱਕ ਯੂਰੋਪੀਅਨ ਅਧਿਕਾਰੀ ਜਨਰਲ ਸਵੈ ਨੇ ਐਲਾਨ ਕੀਤਾ ਕਿ ਕਿਸੇ ਵੀ ਭਾਰਤੀ ਨੂੰ ਅੰਗਰੇਜ਼ ਬਸਤੀ ਚਾਉਣ ਤੇ ਕਮਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਉਹਦਾ ਖਦਸ਼ਾ ਸੀ ਕਿ ਭਾਰਤੀਆਂ ਨੂੰ ਇੱਥੇ ਗੋਰਿਆਂ ਦੇ ਬਰਾਬਰ ਦਾ ਦਰਜਾ ਮਿਲਿਆ ਹੋਇਆ ਆਪਣੀ ਇਸ ਚੰਗੀ ਹیثیت ਤੇ ਵਧੀਆ ਕਮਾਈ ਦਾ ਹਵਾਲਾ ਦੇ ਕੇ ਹਿੰਦੀ ਆਪਣੇ ਭਾਈਵੰਦਾ ਤੇ ਰਿਸ਼ਤੇਦਾਰਾਂ ਨੂੰ ਇਹਨਾਂ ਮੁਲਕਾਂ 'ਚ ਬੁਲਾ ਰਹੀ ਸੀ ਬਰਾਬਰੀ ਵਾਲੀ ਇਸ ਹਾਲਤ ਨੇ ਗੋਰੇ ਲੋਕਾਂ ਦੀ ਸਰਦਾਰੀ ਤੇ ਸ਼ਾਨ ਘਟਾ ਦਿੱਤੀ ਸੀ ਸਵੈਨ ਦਾ ਖਿਆਲ ਸੀ ਕਿ ਜੇ ਹਿੰਦਿਆ ਦਾ ਦਾਖਲਾ ਬੱਧ ਤੌਰ 'ਤੇ ਜਾਰੀ ਰਿਹਾ ਤਾਂ ਇਹਦੇ ਬੜੇ ਦੂਰ ਰਸਤੇ ਖਤਰਨਾਕ ਸਿੱਟੇ ਨਿਕਲਣਗੇ ਫਲਸਰੂਪ ਭਾਰਤ ਵਿੱਚ ਅੰਗਰੇਜ਼ ਸਾਮਰਾਜ ਦੀ ਪਕੜ ਵੀ ਹੌਲੀ-ਹੌਲੀ ਢਿੱਲੀ ਪੈਣੀ ਸ਼ੁਰੂ ਹੋ ਜਾਏਗੀ ਇਨ੍ਹਾਂ ਖਦਸ਼ਿਆਂ ਦੇ ਦਰਪੇਸ਼ ਕੈਨੇਡਾ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਸੀ ਕਿ ਹਿੰਦਿਆ ਦੇ ਕੈਨੇਡਾ ਆਉਣ ਦੇ ਰਾਹ ਵਿੱਚ ਵੱਧ ਤੋਂ ਵੱਧ ਰੁਕਾਵਟਾਂ ਖੜੀਆਂ ਕੀਤੀਆਂ ਜਾਣ ਧੰਨਵਾਦ ਚੱਲਦਾ